ਵਾਹਿਗੁਰੂ ਬਨਾਰਸ ਜਨ ਥਾਨ ਗੁਰਦਾਸ ਜੀ, ਬਾਬਾ ਭਲਦਾਸ ਜੀ, ਗੁਰੂ ਸਰਬਨ ਦਾਸ, ਗੁਰੂ ਹਰਿਦਾਸ ਜੀ, ਗੁਰੂ ਗਰੀਬਦਾਸ, ਸੰਤ ਰਮਨਾ ਜੀ। ਦਾਨ ਜਿਹੜਾ ਹੁੰਦਾ ਆਪਾਂ ਇੱਥੇ ਵੀ ਸਦਾ ਕਰਦਾ, ਪਲੋ ਵੀ ਸਦਾ ਕਰਦੇ। ਇੱਥੇ ਜੇ ਸਾਧ ਮਹਾਤਮਾ ਹੁੰਦੇ ਆ, ਇੱਥੇ ਵੀ ਸਦਾ ਕਰਦੇ, ਪਲੋ ਵੀ ਸਦਾ ਕਰਦੇ ਆ। ਹੱਥ ਕਾਜ ਬਿਨਾ ਦਿਲ ਜਿਹਾ ਕੰਮ ਵੀ ਕਰਨਾ ਚਾਹੀਦਾ, ਪੰਸਮ ਵੀ ਕਰਨਾ ਚਾਹੀਦਾ। ਅਖਰ ਲੱਭਣੇ ਨਾਲ ਮਾਨਸ ਦੇਹੀ ਜੁਗਾਂ ਯੁਗ ਬੀਜ ਜਾਣਗੇ। ਮਾਨਸ ਮਿਲਦੀ ਕਰਮਾਂ ਭਾਗਾਂ ਨਾਲ, ਕਿੰਨੇ ਕੁ ਦਾਨ ਪੁੰਨ ਕਰਕੇ, ਕਿੰਨੇ ਕੁ ਸ੍ਰੇਸ਼ਟ ਕਰਮ ਕਰਕੇ ਜਾ ਕੇ ਪੁੰਨ ਦਾਨ ਕਰਕੇ ਮਾਨਸ ਐਵੇਂ ਨਹੀਂ ਮਿਲਦੀ। ਅਖਰ ਲੱਭਣੇ ਨਾਲ ਮਾਨਸ ਦੇਹੀ ਜੁਗਾਂ ਯੁਗ ਬੀਜ ਜਾਣਗੇ। ਪੰਸਮ ਕਰਨਾ ਚਾਹੀਦਾ, ਮੇਰਾ ਸਭ ਦੱਸਿਆ ਦਾ ਅਭਿਆਸ ਕਰਨਾ ਚਾਹੀਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਗੁਰੂਆਂ ਦਾ ਫੋਟੋ ਦੇ ਵਿਛਾਉਣਾ ਚਾਹ ਉਹਨਾਂ ਧਿਆਨ ਕਰਨਾ ਚਾਹੀਦਾ। ਗੁਰ ਕਾ ਸੰਘ ਸਦਾ ਹੈ ਨਾਲੇ। ਜਿਹੜੇ ਗੁਰੂ ਸਾਹਿਬ ਹੁੰਦੇ ਆ ਉਹ ਭਗਤਾਂ ਦੇ ਅੰਗ ਸੰਗ ਹੁੰਦੇ ਆ, ਜਾਂ ਦੇਸਾਂ 'ਚ ਪ੍ਰਦੇਸਾਂ 'ਚ ਬੈਠੇ ਹੈਗੇ ਆ। ਗੁਰੂ ਸਾਹਿਬ ਨੂੰ ਹਜ ਨਾਜ਼ਰ ਸਮਝਣਾ ਚਾਹੀਦਾ ਹੁਣ। ਗੁਰ ਕਾ ਸੰਘ ਸਦਾ ਹਰ ਨਾਲ, ਜੇ ਤੁਸੀਂ ਯਾਦ ਕਰਦੇ ਗੁਰੂ ਸਾਹਿਬ ਵੀ ਯਾਦ ਕਰਦੇ ਆ। ਹਾਂਜੀ, ਅਖੇ ਇੱਕ ਇੱਕ ਸਵਾਲ ਅਮੋਲਕ ਜਾਵੇ, ਹੱਥ ਨਾਲ ਲੱਗੇ। ਜਿਹੜੇ ਪੰਜ ਸੁਣੇ ਸਵਾਲ ਲੱਗ ਜਾਣ ਕੀਮਤ ਪੈ ਜਾਂਦੀ ਹੈ। ਜਿਹੜੇ ਨਾਮ ਤੋਂ ਵਗੇਲੇ ਖਾਲੀ ਜਾਓ ਕੀਮਤ, ਸਭ ਨਾਮ ਮਿਲਦਾ ਹੈ, ਨਾਮ ਦੀ ਕਮਾਈ ਕਰਨੀ ਚਾਹੀਦੀ। ਜੇ ਸਾਧ ਮਹਾਤਮਾ ਇੱਥੇ ਵੀ ਸਦਾ ਕਰਦੇ ਆ, ਅਤੇ ਪਲੋ ਵੀ ਸਦ ਜਿਹੜੇ ਵੀ ਸੰਗਤ ਦਾਨ ਪੁੰਨ ਕਰਨ ਰਹਿੰਦੇ ਆ, ਉਹ ਸਦਾ ਅਮਰਾ ਸਦਾ ਸੁਰਜੀਤ ਹੋ। ਬੋਲੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ।